ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਸਾਹਿਲ। ਤੁਹਾਨੂੰ ਆਪਾਂ ਐਕਸਕਲੂਸਿਵ ਕਵਰੇਜ ਦੇ ਰਹੇ ਹਾਂ ਜੀ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਦੀ ਮੈਰਿਜ ਦੀ ਤਾਂ ਜਾਂ ਮਾਨਸੀ ਸ਼ਰਮਾ ਦੀ ਬੈਂਗਲ ਸੈਰੇਮਨੀ, ਤੇ ਹੁਣ ਮੇਰੇ ਨਾਲ ਜੁੜ ਚੁੱਕੇ ਨੇ ਮਾਨਸੀ ਸ਼ਰਮਾ ਦੇ ਫਾਦਰ ਸਾਹਿਬ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਭਾਜੀ। ਸਰ, ਕਿੱਦਾਂ ਦਾ ਲੱਗ ਰਿਹਾ ਤਾਂ ਅੱਜ ਤੁਹਾਡੇ ਬੇਟੀ ਦੀ ਬੈਂਗਲ ਸੈਰੇਮਨੀ ਹੈ, ਥੋੜ੍ਹੀ ਦੇਰ ਤੱਕ ਤੁਹਾਡੀ ਬੇਟੀ ਦੀ ਮੈਰਿਜ ਹੋ ਜਾਏਗੀ? ਹਾਂਜੀ, ਬਹੁਤ ਅੱਛਾ ਲੱਗ ਰਿਹਾ ਜੀ। ਮੈਂ ਕਦੇ ਸੋਚਿਆ ਵੀ ਨਹੀਂ ਤਾਂ ਕਿ ਹੰਸ ਰਾਜ ਹੰਸ ਸਾਹਿਬ ਮੇਰੇ ਸੰਬੰਧੀ ਬਣੇਗੀ। ਬਹੁਤ ਮੇਰੀ ਗੁੜੀਆ ਕੀ ਬਹੁਤ ਅੱਛੀ ਲੱਕ ਹੈ, ਜੋ ਐਸਾ ਦਿਮਾਗ ਮੁਝੇ ਮਿਲ ਰਿਹਾ ਹੈ। ਆਈ ਨੈਵਰ ਐਕਸਪੈਕਟਡ ਇਤਨੀ ਬੜੀ ਹਸਤੀ ਕੇ ਸਾਥ ਮੇਰਾ ਮੇਲ ਜੋਲ ਹੋਗਾ, ਤੇ ਜੇ ਮੇਰੀ ਬੱਚੀ ਕੇ ਕਰਮ ਹੈ। ਕਹਿੰਦੇ ਨਾ ਕਿ ਬਾਬੁਲ ਜਿਹੜਾ ਹੁੰਦਾ ਇੱਕ ਜਿਹੜੀ ਧੀ ਜਦੋਂ ਆਪਣੀ ਤੋੜਦਾ ਕਿਸੇ ਦੇ ਘਰ ਦੇ ਵਿੱਚ, ਤਾਂ ਬਾਬੁਲ ਹਮੇਸ਼ਾ ਆਪਣੀ ਧੀ ਨੂੰ ਕੁਝ ਸਲਾਹ ਦਿੰਦਾ। ਤੁਸੀਂ ਕੀ ਕਿਹੜੀ ਅਜਿਹੀ ਸਲਾਹ ਦਿੱਤੀ ਆਪਣੀ ਬੇਟੀ ਨੂੰ ਕਿ ਆਪਣੇ ਸਹੁਰੇ ਘਰ ਜਾ ਕੇ ਉਹ ਵਰਤੇਗੀ? ਬਸ ਇਹੀ ਹੈ ਕਿ ਜੈਸੇ ਹਮਾਰੇ ਸੇ ਪਿਆਰ ਕੀਆ ਬੇਟਾ, ਐਸੇ ਉਨਕੇ ਕਰ ਲੋ। ਕਭੀ ਉਨਕੋ ਲਗੇ ਨਾ ਕਿ ਯੇ ਹਮਾਰੀ ਬੱਚੀ ਨਹੀਂ, ਬਹੂ ਹੈ, ਬਹੂ ਹੈ ਕਿ ਬੱਚੀ ਹੈ, ਬੱਚੀ ਹੀ ਲੱਗਣੀ ਚਾਹੀਏ। ਜੇਕਰ ਗੱਲ ਕਰੀਏ ਕਿ ਮਾਨਸੀ ਦਾ ਜੇ ਬਿਹੇਵੀਅਰ ਆਪਾਂ ਗੱਲ ਕਰੀਏ ਨਾ, ਕਿਉਂਕਿ ਤੁਸੀਂ ਉਹਨਾਂ ਦਾ ਫਾਦਰ ਹੋ ਅਤੇ ਫਾਦਰ ਕਹਿੰਦੇ ਨੇ ਆਪਣੇ ਬੱਚਿਆਂ ਦਾ ਜਿਹੜਾ ਬਿਹੇਵੀਅਰ ਸਭ ਤੋਂ ਵਧੀਆ, ਮਾਨਸੀ ਦਾ ਬਿਹੇਵੀਅਰ ਆਪਣੇ ਘਰ ਵਿੱਚ ਕਿੱਦਾਂ ਦਾ ਰਹਿੰਦਾ? ਮੈਂ ਉਸਕੋ ਕਭੀ ਲੜਕੀ ਸਮਝਿਆ ਹੀ ਨਹੀਂ, ਮੇਰਾ ਬੇਟੇ ਤਰ੍ਹਾਂ ਰਹੀ, ਬੇਟੇ ਜੈਸੇ ਹੀ ਕਾਮ ਕੀਏ। ਮੇਰੇ ਪਾਸ ਪਾਂਚ ਬੱਚੇ ਹੈ, ਯੇ ਚੌਥੀ ਸੈਕਿੰਡ ਨੰਬਰ ਹੈ, ਲੇਕਿਨ ਮੇਰੇ ਘਰ ਕਾ ਸਾਰਾ ਕਾਮ ਇਸੀ ਨੇ ਸੰਭਾਲਾ। ਮੈਂ ਤਾਂ ਨੌਕਰੀ ਫੌਜੀ ਹੂੰ, ਏਅਰਫੋਰਸ ਕਾ ਹੂੰ, ਤੋ ਮੈਨੇ ਤਾਂ ਨੌਕਰੀ ਕਰੀ, ਬਾਕੀ ਮੇਰੇ ਬੱਚੋਂ ਕੋ ਸਭ ਕੋ ਇਨਕੋ ਸੰਭਾਲਾ। ਖੁਦ ਵੀ ਇਤਨੀ ਪੋਸਟ ਗ੍ਰੈਜੂਏਸ਼ਨ ਕੀ, ਐੱਨ ਸੀ 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 ਵੀ ਹੈ, ਅਫਸਰ ਬਣਨਾ, ਪਾਇਲਟ ਬਣਨਾ ਚਾਹਤੀ ਸੀ, ਇਸਕਾ ਪੀ ਏ ਵੀ ਟੀ ਫੇਲ ਹੋ ਗਿਆ, ਕਿ ਉਹ ਜਹਾਜ਼ ਦੁਆਰਾ ਮਤਲਬ ਇਗਜ਼ਾਮ ਨਹੀਂ ਦੇ ਸਕਦੀ, ਨਹੀਂ ਤਾਂ ਇਸਕਾ ਖਾਬ ਥਾ ਮੈਂ ਪਾਇਲਟ ਬਣੂੰ, ਤਾਂ ਪਾਇਲਟ ਨਹੀਂ ਬਣੂੰਗੀ ਤਾਂ ਐਕਟਰਸ ਬਣਨਾ ਹੈ, ਤਾਂ ਇੱਕ ਇੱਕ ਚੀਜ਼ ਤਾਂ ਪੂਰੀ ਕਰ ਲਈ ਉਸ। ਮੈਨੂੰ ਖੁਸ਼ੀ ਹੈ ਕਿ ਅੱਜ ਉਹ ਐਸੇ ਗਰਮੇ ਬਹੂ ਬਣ ਕੇ ਆ ਰਹੀ ਹੈ। ਅਤੇ ਮਾਨਸੀ ਜਿੱਦਾਂ ਦੱਸੇਗਾ ਪਾਇਲਟ ਬਣਨਾ ਚਾਹੁੰਦੇ ਸੀ, ਐਕਟਰ ਬਣ ਗਏ, ਤੁਹਾਡਾ ਕਿੱਦਾਂ ਦਾ ਸਪੋਰਟ ਰਿਹਾ ਸੀ ਮਾਨਸੀ ਦੇ ਪਾਇਲਟ ਨਾ ਬਣ ਕੇ ਐਕਟਰ ਬਣਨ ਦੇ ਵਿੱਚ? ਮੇਰਾ ਸਪੋਰਟ ਇਹੀ ਤਾਂ, ਮੈਂ ਉਸ ਕੋਲ ਇਹੀ ਬੋਲਤਾ ਤਾ ਬੇਟਾ, ਜੋ ਸਿਵਲ ਲਾਈਫ ਹੈ ਸਿਵਲ ਲਾਈਫ, ਮੈਂ ਫੌਜ ਮੈਂ ਤਾਂ ਮੈਂ ਕਦੀ ਮੇਰੇ ਘਰ ਮੈਂ ਬਾਪ ਬਿਮਾਰ ਹੈ, ਮਾਂ ਤੋਂ ਕਦੀ ਛੁੱਟੀ ਨਹੀਂ ਮਿਲਦੀ, ਤੋ ਮੈਂ ਫਿਰ ਵੀ ਉਸਕੋ ਰੋਕਾ ਨਹੀਂ। ਮੈਂ ਮਤਲਬ ਚਾਰ ਪੰਜ ਬੱਚੇ ਹੈ, ਮੈਨੇ ਜੋ ਜਿਵੇਂ ਆਤਾ ਬਈ ਕਰੋ, ਕੁਛ ਨਹੀਂ ਰੋਕਾ, ਕਹੀਂ ਵੀ ਸ਼ਾਦੀ ਕਰਨੀ ਕਰੋ, ਲੇਕਿਨ ਬਤਾ ਦਿਉ। ਸੁਣਨ 'ਚ ਇਹ ਵੀ ਆਇਆ ਸੀ ਕਿ ਯੁਵਰਾਜ ਹੰਸ ਅਤੇ ਮਾਨਸੀ ਦੀ ਲਵ ਮੈਰਿਜ ਹੈ, ਅਤੇ ਜਦੋਂ ਮਾਨਸੀ ਨੇ ਤੁਹਾਨੂੰ ਦੱਸਿਆ ਸੀ ਕਿ ਉਹ ਹੰਸਰਾ ਹੰਸ ਦੇ ਬੇਟੇ ਯੁਵਰਾਜ ਹੰਸ ਨਾਲ ਵਿਆਹ ਕਰਨ ਜਾ ਰਹੇ ਆ, ਉਹਨਾਂ ਨੂੰ ਪਸੰਦ ਕਰਦੇ ਆ, ਤੁਹਾਡਾ ਉਸ ਟਾਈਮ ਕੀ ਰਿਐਕਸ਼ਨ ਸੀ ਉਸ ਟਾਈਮ? ਮੇਰਾ ਮਾਂ ਦਿਲ ਤੋਂ ਇਤਨਾ ਖੁਸ਼ ਹੋਇਆ, ਫਿਰ ਵੀ ਮੈਨੇ ਉਸਕੋ ਰਿਕੁਐਸਟ ਕਰੀ, ਬੇਟਾ ਇੱਕ ਵਾਰ ਯੁਵਰਾਜ ਕੋ ਮੇਰੇ ਘਰ ਮੈਂ ਲੈ ਕੇ ਆਓ, ਅਗਰ ਉਹ ਰਾਤ ਰਹੇਗਾ ਮੇਰੇ, ਮੇਰਾ ਘਰ ਜੋ ਪਾਂਚ ਮਰਲੋ ਮੈਂ ਹੈ, ਮੈਂ ਛੋਟਾ ਸਾ ਇੰਪਲਾਈ ਹੂੰ ਏਅਰਫੋਰਸ ਕਾ, ਤੋ ਮੈਂ ਉਨਕੋ ਇਹ ਬਤਾਨਾ ਚਾਹਤਾ ਕਿ ਮੈਂ ਕਿਸ ਹਾਲਤ ਮੈਂ ਰਹਿ ਰਹਾ ਹੂੰ, ਮੇਰੀ ਲੜਕੀ ਐਕਟਰਸ ਹੈ ਪਰ ਮੈਂ ਐਕਟਰਸ ਨਹੀਂ, ਤੋ ਆ ਕੇ ਰਹੇ, ਮੁਝੇ ਅੱਛਾ ਲਗਾ ਕਿ ਉਨਕੀ ਇਹ ਈਗੋ ਨਹੀਂ, ਤੋ ਇਸ ਲਈ ਮੈਨੇ ਅਲਾਊਡ ਵੀ ਕਰ ਦਿਆ, ਪਲੀਜ਼ ਗੋ ਹੈਡ। ਅਗਰ ਹਮ ਬਾਤ ਕਰੇ, ਆਪ ਯੁਵਰਾਜ ਹੰਸ ਆਪਕੇ ਦਾਮਾਦ ਬਣਨੇ ਜਾ ਰਹੇ ਹੈ, ਤੋ ਆਪ ਯੁਵਰਾਜ ਹੰਸ ਕੋ ਕਿਆ ਕਹਿਣਾ ਚਾਹਤੇ ਹੈ ਕਿ ਉਹ ਦਾਮਾਦ, ਕਿਉਂਕਿ ਨਾ ਇੱਕ ਜਬ ਬਾਬੁਲ, ਉਹੀ ਮੈਨੂੰ ਪਤਾ ਕਿ ਬਾਬੁਲ ਜਬ ਆਪਣੀ ਬੇਟੀ ਕੋ ਰਵਾਨਾ ਕਰਤਾ ਹੈ ਆਪਣੇ ਘਰ ਸੇ, ਤੋ ਉਹ ਦਾਮਾਦ ਕੋ ਵੀ ਕੁਛ ਨਾ ਕੁਛ ਹਦਾਇਤ ਜ਼ਰੂਰ ਦੇਤਾ ਹੈ, ਤੋ ਆਪ ਆਪਣੇ ਦਾਮਾਦ ਕੋ ਕਿਆ ਹਦਾਇਤ ਦੇਣਾ ਚਾਹੇਂਗੇ? ਉਨਕੋ ਕਿਆ ਹਦਾਇਤ ਦੇਂਗਾ, ਪਹਿਲੇ ਬਹੁਤ ਪੜ੍ਹੇ ਲਿਖੇ ਬੱਚੇ ਹੈ, ਔਰ ਐਸੇ ਘਰ ਸੇ ਬਿਲੋਂਗ ਕਰ ਰਹੇ ਹੈ ਕਿ ਉਨਕੋ ਕੁਛ ਦੁਆ ਦੇਣੇ ਕੀ ਜ਼ਰੂਰਤ ਨਹੀਂ, ਬਸ ਉਨਕੋ ਇਹੀ ਕਹੇਂਗੇ ਖੁਸ਼ ਰਹੋ ਬੇਟਾ, ਆਪਣੀ ਕਾਮਯਾਬੀ ਵੇ ਮਾਨ ਰੱਖੋ, ਔਰ ਮਾਂ ਬਾਪ ਕਾ ਦਿਨ ਔਰ ਚੌੜਾ ਕਰੋ, ਖੁਸ਼ੀਆਂ ਸੇ ਉਨਕੋ ਔਰ ਭਰੋ। ਇਹ ਸਨ ਸਾਡੇ ਨਾਲ ਮਾਨਸੀ ਸ਼ਰਮਾ ਦੇ ਫਾਦਰ ਸਾਹਿਬ, ਜੋ ਕਿ ਇਸ ਵੇਲੇ ਮੌਜੂਦ ਨੇ ਮਾਨਸੀ ਸ਼ਰਮਾ ਦੀ ਬੈਂਗਲ ਸੈਰੇਮਨੀ ਦੇ ਵਿੱਚ। ਹੋਰ ਲਾਈਵ ਅਤੇ ਐਕਸਕਲੂਸਿਵ ਤੁਹਾਨੂੰ ਤਸਵੀਰਾਂ ਆਪਾਂ ਦਿਖਾਉਂਦੇ ਰਹਾਂਗੇ ਯੁਵਰਾਜ ਹੰਸ ਦੇ ਮੈਰਿਜ ਫੰਕਸ਼ਨਸ ਦੀਆਂ, ਤੁਸੀਂ ਜੁੜੇ ਰਹੋ ਦੈਨਿਕ ਸਵੇਰਾ ਦੇ ਨਾਲ। ਮੈਂ ਸਾਹਿਲ ਨਰੋਲਾ, ਕੈਮਰਾਮੈਨ ਬਰਿੰਦਰ ਦੇ ਨਾਲ।